ਇਹ ਤਾਰਾ ਸਿੰਘ ਦੀ ਇਹੋ ਜਿਹੀ ਆਦਤ ਸੀ, ਇਹੋ ਜਿਹਾ ਦਾ ਸੁਭਾਅ ਸੀਗਾ, ਬਾਣੀ ਬਹੁਤ ਪੜ੍ਹਦਾ ਸੀ ਤੇ ਰੱਬ ਦੇ ਨਾਲ ਸਿੱਧੀਆਂ ਗੱਲਾਂ ਸੀ ਉਹਦੀਆਂ, ਦੁਨੀਆਂ ਨੂੰ ਕੁਝ ਨਹੀਂ ਸੀ ਸਮਝਦਾ ਉਹ। ਨਹਿ ਮਾਨੈ ਵੈ ਤੁਰਕਨ ਆਨ, ਤੁਰਕਾਂ ਦੀ ਆਨ ਨਹੀਂ ਸੀ ਮੰਨਦਾ, ਕਹਿੰਦਾ ਇਹ ਕੌਣ ਹੁੰਦੇ ਰਾਜ ਕਰਨ ਵਾਲੇ, ਰਾਜ ਤਾਂ ਕਲਗੀਆਂ ਵਾਲੇ ਦਾ ਹੈ। ਦੋਹਰਾ ਕਹੈ ਦੰਗਿਓ ਹਮ ਕਿਵਟ ਰਹਿ ਦੰਗੋ ਹਮਾਰੀ ਜਾਤ, ਜੇ ਕੋਈ ਕਹਿੰਦਾ ਸੀ ਬਾਬਾ ਜੀ ਦੰਗਾ ਨਾ ਕਰਿਆ ਕਰੋ, ਤੇ ਅੱਗੋਂ ਕਹਿੰਦਾ ਸੀ ਦੰਗਿਓ ਹਮ ਕਿਵਟ ਰਹਿ, ਦੰਗੇ ਤੋਂ ਅਸੀਂ ਕਿਵੇਂ ਟੜੀਏ, ਸਾਡੀ ਤਾਂ ਜਾਤ ਬਹੁਤ ਹੀ ਦੰਗਾ ਹੈ। ਦੰਗੇ ਖਾਤਰ ਹਮ ਕੀਏ ਸ੍ਰੀ ਸਤਿਗੁਰ ਜੀ ਆਪ, ਸਾਨੂੰ ਤੇ ਖਾਲਸੇ ਸਾਜਿਆ ਹੀ ਦੰਗੇ ਵਾਸਤੇ, ਸਤਿਗੁਰੂ ਦਸਵੇਂ ਪਾਤਸ਼ਾਹ ਨੇ ਚੁੱਪ ਕਰਕੇ ਬਹਿਣਾ ਨਾ ਸਾਨੂੰ ਸਿਖਾਇਆ ਹੀ ਕੋਈ ਨਹੀਂ। ਜਾਓ ਭਾਈ ਦੰਗਾ ਹੀ ਤੇ ਪਯੋਗ ਪਾਤਸ਼ਾਹੀ, ਔਰ ਜੁੱਧ ਕਰਕੇ ਹੀ ਤੇ ਪਾਤਸ਼ਾਹੀ ਮਿਲਣੀ ਹੈ, ਰਾਜ ਅਸੀਂ ਲੈਣਾ ਦਿੱਲੀ ਦਾ ਵੀ ਤੇ ਲਾਹੌਰ ਦਾ ਵੀ, ਦੰਗਾ ਕਰਕੇ ਲਵਾਂਗੇ। ਦੰਗਾ ਹੀ ਤੇ ਹੋਗ ਸੀ ਸਲਾਈ, ਔਰ ਦੰਗਾ ਕਰਾਂਗੇ ਤਾਂ ਹੀ ਸ਼ਹੀਦੀ ਪਾਵਾਂਗੇ, ਜੇ ਚੁੱਪ ਕਰਕੇ ਬੈਠੇ ਸ਼ਹੀਦੀ ਕਿੱਥੋਂ ਮਿਲਣੀ ਹੈ। ਦੰਗਾ ਮਚਾਣਾ ਹੀ ਮਚਾਣਾ ਬਈ।